ਤੁਸੀਂ ਵੇਖ ਰਹੇ ਹੋ ਟੀਮ ਰਾਜ ਜੱਗੀ ਹੋਰਾਂ ਦੇ ਨਾਲ ਇਹ ਸਪੈਸ਼ਲ ਰੀਅਲ ਅਸਟੇਟ ਐਡਵਾਈਸ ਸ਼ੋਅ ਜਿੱਥੇ ਹਰ ਫਰਾਈਡੇ ਅਸੀਂ ਦੱਸਦੇ ਹਾਂ ਤੁਹਾਨੂੰ ਕਰੰਟ ਅਪਡੇਟਸ ਵਟਸ ਹੈਪਨਿੰਗ ਇਨ ਰੀਅਲ ਅਸਟੇਟ ਇੰਡਸਟਰੀ। ਅੱਜ ਵੀ ਮੈਂ ਆਪਣੇ ਦਰਸ਼ਕਾਂ ਦਾ ਸਵਾਗਤ ਕਰਦਾ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਜਿੰਨੇ ਵੀ ਦਰਸ਼ਕ ਇਸ ਟਾਈਮ ਇਸ ਪ੍ਰੋਗਰਾਮ ਨੂੰ ਵੇਖ ਰਹੇ ਨੇ ਉਹਨਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਜੁੜਦੇ ਹਨ ਟੀਮ ਰਾਜ ਜੱਗੀ ਤੋਂ CEO ਐਂਡ ਫਾਊਂਡਰ ਆਫ ਟੀਮ ਰਾਜ ਜੱਗੀ, ਖੁਦ ਆਪ ਰਾਜ ਜੱਗੀ ਜੀ। ਆਓ ਲੈ ਕੇ ਚੱਲਦੇ ਹਾਂ ਸਿੱਧਾ ਤੁਹਾਨੂੰ 54 ਵੈਸਟ ਜੌਨ ਸਟਰੀਟ, ਹਿਕਸਵਿਲ, ਲੌਂਗ ਆਈਲੈਂਡ, ਨਿਊਯਾਰਕ, ਜਿੱਥੇ ਤੁਹਾਨੂੰ ਦੇਵਾਂਗੇ ਕਿ ਕੁਝ ਅਪਡੇਟਸ ਚੱਲ ਰਹੀਆਂ ਹਨ ਵੈਨ ਇਟ ਕਮਸ ਟੂ ਰੀਅਲ ਇਸਟੇਟ ਇੰਡਸਟਰੀ। ਔਰ ਨਾਲ ਹੀ ਰਾਜ ਜੱਗੀ ਜੀ ਹੋਰਾਂ ਤੋਂ ਲਵਾਂਗੇ ਵੇਰਵਾ ਕਿਵੇਂ ਤੁਸੀਂ ਆਪਣਾ ਡਰੀਮ ਹਾਊਸ ਕਿੱਥੇ ਲੈ ਸਕਦੇ ਹੋ ਔਰ ਕਿਵੇਂ ਲੈ ਸਕਦੇ ਹੋ। ਰਾਜ ਜੀ, ਵੀ ਵੈਲਕਮ ਯੂ ਇਨ ਰੀਅਲ ਇਸਟੇਟ ਐਡਵਾਈਸ ਵਿਦ ਟੀਮ ਰਾਜ ਜੱਗੀ। ਥੈਂਕ ਯੂ ਜੀ। ਰਾਜ ਜੀ, ਕੀ ਕੁਝ ਅਪਡੇਟਸ ਨੇ, ਤਾਜ਼ਾ ਖਬਰਾਂ ਜਿਹਨੂੰ ਕਹਿੰਦੇ ਅਸੀਂ, ਉਹ ਤਾਜ਼ੀਆਂ ਖਬਰਾਂ ਕੀ ਕੁਝ ਹਨ ਰੀਅਲ ਇਸਟੇਟ ਇੰਡਸਟਰੀ ਦੇ ਵਿੱਚ? ਇੰਡਸਟਰੀ ਇਹ ਹੈ ਕਿ ਮਾਰਕੀਟ ਜਿਹੜੀ ਹੈ ਖੁੱਲ੍ਹ ਗਈ ਹੈ, ਹੁਣ ਬਾਹਰ ਵੀ ਲਾਈਨਾਂ ਲਾ ਕੇ ਤਿਆਰ ਹੋ ਗਏ ਨੇ, ਕਿਉਂਕਿ ਉਹ ਜਿਹੜਾ ਖੌਫ ਕੋਵਿਡ ਦਾ ਚੱਲ ਰਿਹਾ ਸੀ ਉਹ ਹੌਲੀ ਹੌਲੀ ਉਤਰਨਾ ਸ਼ੁਰੂ ਹੋ ਗਿਆ, ਅਤੇ ਹੁਣ ਬਾਇਰ ਦੇ ਵਿੱਚ ਕੌਨਫੀਡੈਂਸ ਆ ਰਿਹਾ ਹੈਗਾ ਕਿ ਮੋਰਗੇਜ ਡਾਊਨ ਹੈਗੀ ਹੈ ਅਤੇ ਵਾਈ ਡੋਂਟ ਵੀ ਬਾਏ, ਐਂਡ ਲੋਟ ਆਫ ਸੈਲਰ ਜਿਹੜੇ ਸੋਚ ਰਹੇ ਸੀ ਕਿ ਅਸੀਂ ਵੇਚੀਏ ਨਾ ਵੇਚੀਏ ਉਹ ਐਜ 'ਤੇ ਸੀ, ਹੁਣ ਸਾਰੇ ਸੈਲਰ ਸਾਨੂੰ ਕਾਲ ਕਰ ਰਹੇ ਨੇ। ਸੋ ਇਟਸ ਲਾਈਕ ਸੋ ਫਾਰ ਇਟਸ ਵੈਰੀ ਗੁੱਡ, ਲਾਈਕ ਯੈਸ ਜਿਹੜਾ ਬਿਜ਼ਨਸ ਲਾਸ ਹੋਇਆ ਉਹਨੂੰ ਤਾਂ ਅਸੀਂ ਨਹੀਂ ਕਰ ਸਕਦੇ, ਬਟ ਯੈਸ ਵਿਦ ਦਾ ਰੀਅਲ ਸਟੇਟ ਮਾਰਕੀਟ ਯੈਸ ਇਟਸ ਬੂਮਿੰਗ ਡੇ ਬਾਈ ਡੇ। ਅਪਡੇਟ ਮਾਰਕੀਟ 'ਚ ਇਹ ਵੀ ਚੱਲ ਰਹੀ ਹੈ ਕਿ ਹੁਣ ਰਾਜ ਜੱਗੀ ਦੀ ਟੀਮ ਜਿਹੜੀ ਹੈ, ਖੁਦ ਆਪ ਰਾਜ ਜੱਗੀ ਨੇ ਜਿਹੜੇ, ਉਹ ਘਰ ਦੇ ਨਾਲ ਨਾਲ ਹੁਣ ਬਿਜ਼ਨਸ ਵੀ ਦਿਵਾ ਰਹੇ ਨੇ ਲੋਕਾਂ ਨੂੰ। ਯਾ ਰੋਟੀ ਕੱਪੜਾ ਔਰ ਮਕਾਨ, ਹੁਣ ਜੋ ਰੋਟੀ ਜਿਹੜੀ ਹੈ ਕੱਪੜਾ ਮਕਾਨ ਤੋਂ ਨਾਲ ਬਿਜ਼ਨਸ ਵੀ ਆ ਗਿਆ ਇਹਦੇ ਵਿੱਚ। ਤੋ ਬਿਜ਼ਨਸ ਤਾਂ ਇਹ ਹੈ ਕਿ ਯੈਸ ਬਿਕੋਜ਼ ਲੋਟ ਆਫ ਪੀਪਲ ਸਾਨੂੰ ਅਪਰੋਚ ਕੀਤਾ ਕਿ ਕਿਸੇ ਨੂੰ ਗੈਸ ਸਟੇਸ਼ਨ ਚਾਹੀਦਾ, ਕਿਸੇ ਨੂੰ ਲੀਕਰ ਸਟੋਰ ਚਾਹੀਦਾ, ਅਤੇ ਕਿਸੇ ਨੂੰ ਹੋਰ ਲੌਂਡਰਾਮੈਟ ਚਾਹੀਦਾ, ਜਾਂ ਕਿਸੇ ਨੂੰ ਕਮਰਸ਼ੀਅਲ ਪ੍ਰਾਪਰਟੀ ਚਾਹੀਦੀ ਹੈ। ਸੋ ਅਸੀਂ ਤੁਹਾਡੇ ਸਾਰਿਆਂ ਦੀ ਸੁਵਿਧਾ ਲਈ ਇੱਕ ਕਮਰਸ਼ੀਅਲ ਵਿੰਗ ਸੈਟਅਪ ਕੀਤਾ ਇੱਥੇ ਆਫਿਸ ਦੇ ਵਿੱਚ। ਸੋ ਯੈਸ ਵੀ ਵਿਲ ਡੈਫੀਨੇਟਲੀ ਸਰਵ ਯੂਅਰ ਕਮਰਸ਼ੀਅਲ ਨੀਡ। ਸਾਡੇ ਕੋਲ ਇੱਕ ਗੈਸ ਸਟੇਸ਼ਨ ਆਇਆ ਹੈ ਲੌਂਗ ਆਈਲੈਂਡ ਦੇ ਵਿੱਚ ਵਿਦ ਪ੍ਰਾਪਰਟੀ, ਇਟਸ ਨੋਟ ਔਨ ਦਾ ਮਾਰਕੀਟ, ਇਟਸ ਅ ਵੈਰੀ ਗੁੱਡ ਲੋਕੇਸ਼ਨ ਐਂਡ ਗੁੱਡ ਇਨਕਮ, ਸੈਲਰ ਵਾਂਟ ਟੂ ਰਿਟਾਇਰ। ਸੋ ਇੱਕ ਤਾਂ ਗੈਸ ਸਟੇਸ਼ਨ ਹੈਗਾ, ਅਗਰ ਤੁਸੀਂ ਲੈਣਾ ਜਾਂ ਤੁਹਾਡੇ ਕਿਸੇ ਭੈਣ ਭਰਾ ਨੇ ਲੈਣਾ, ਅਤੇ ਨੰਬਰ ਕਿਸੇ ਫਰੈਂਡ ਨੇ ਲੈਣਾ, ਨੰਬਰ ਜਿਹੜਾ ਚੱਲ ਰਿਹਾ 5165484802 'ਤੇ ਕਾਲ ਕਰੋ ਅਤੇ ਸਾਨੂੰ ਮਿਲੋ, ਤੁਹਾਨੂੰ ਉਹ ਵੀ ਦਿਖਾ ਦਿਆਂਗੇ। ਲਿਕਰ ਸਟੋਰ ਵੀ ਹੈਗਾ ਇੱਕ ਲੌਂਗ ਆਈਲੈਂਡ ਦੇ ਵਿੱਚ, ਐਂਡ ਉਸ ਤੋਂ ਇਲਾਵਾ ਇੱਕ ਹੋਰ ਪ੍ਰਾਪਰਟੀ ਆਈ ਹੈ ਕਮਰਸ਼ੀਅਲ ਇਹਦੇ ਵਿੱਚ ਲੌਂਗ ਆਈਲੈਂਡ ਦੇ ਵਿੱਚ। ਆਲਰੇਡੀ $9,000 ਕਿਰਾਇਆ ਆ ਰਿਹਾ ਅਤੇ ਨਾਲ ਦਾ ਸਟੋਰ ਖਾਲੀ ਹੈ, 6,000-7,000 ਉੱਥੋਂ ਵੀ ਕਿਰਾਇਆ ਆ ਸਕਦਾ। ਕਿਸੇ ਨੂੰ ਇਨਵੈਸਟਮੈਂਟ ਵਾਸਤੇ ਪ੍ਰਾਪਰਟੀ ਲੈਣੀ ਹੈ, ਕੋਈ ਬਿਜ਼ਨਸ ਖੋਲ੍ਹਣਾ, ਕੋਈ ਰੈਸਟੋਰੈਂਟ ਖੋਲ੍ਹਣਾ, ਕੁਛ ਵੀ ਖੋਲ੍ਹਣਾ, ਇਟਸ ਅ ਗ੍ਰੇਟ ਲੋਕੇਸ਼ਨ ਓਲਡ ਕਲਟੀ ਰੋਡ ਇਨ ਲੌਂਗ ਆਈਲੈਂਡ। ਸੋ ਯੈਸ ਵੀ ਆਰ ਨਾਓ, ਜਿੱਦਾਂ ਘਰ ਦੀ ਵੇਚ ਰਹੇ ਸੀ ਫਿਰ ਮੁੜ ਕੇ ਚਾਹੇ, ਨਾਓ ਵੀ ਆਰ ਟਰਾਇੰਗ ਟੂ ਸੈਟ ਅਪ ਏ ਕਮਰਸ਼ੀਅਲ ਵਿੰਗ ਵਿਚ ਇਜ਼ ਵੈਰੀ ਰਿਕੁਆਇਰਡ ਬਾਏ ਅਦਰ ਪੀਪਲ। ਸਾਡੇ ਕੋਲ ਆਈ ਥਿੰਕ ਵੀ ਆਰ ਵਰਕਿੰਗ ਵਿਦ ਫਿਊ ਡੀਲਸ ਵਿੱਚ, ਲਾਈਕ ਹੋਟਲ ਮੋਟਲ ਡੀਲ ਵਿਚ ਇਜ਼ ਨੋਟ ਇਨ ਨਿਊਯਾਰਕ ਬਟ ਲਿਟਲ ਇੱਧਰ ਉੱਧਰ ਹੈਗੀਆਂ, ਬਟ ਜੇ ਕਿਸੇ ਨੇ ਵੇਚਣਾ ਵੀ ਹੈ ਤਾਂ ਸਾਡੇ ਕੋਲ ਬਾਇਰ ਹੈਗੇ ਨੇ। ਕਿਸੇ ਨੇ ਹੋਟਲ ਮੋਟਲ ਵੇਚਣਾ, ਕਿਸੇ ਨੇ ਗੈਸ ਸਟੇਸ਼ਨ ਵੇਚਣਾ, ਸੋ ਸਾਡੇ ਕੋਲ ਕੈਸ਼ ਬਾਇਰ ਹੈਗੇ ਨੇ। ਸੋ ਸਾਡਾ ਕੰਮ ਹੈ ਕਨੈਕਟਿੰਗ ਡਾਟ ਕਰ ਰਹੇ ਹਾਂ, ਇੱਧਰ ਉਹਨੇ ਵੇਚਣਾ, ਇੱਧਰ ਉਹਨੇ ਲੈਣਾ, ਅਸੀਂ ਰਾਈਟ ਪਰਸਨ ਨੂੰ ਰਾਈਟ ਪਾਰਟੀ ਮਿਲਾ ਦਿੰਦੇ ਹਾਂ। ਤੋ ਸਾਡਾ ਕੰਮ ਸੋ ਫਾਰ ਵਧੀਆ ਚੱਲ ਰਿਹਾ, ਮੇਰਾ ਰੱਬ ਦੀ। ਬਿਲਕੁਲ ਰਾਜ ਜੀ, ਇਹ ਜ਼ਰੂਰੀ ਹੈ ਕਿ ਜਿੱਥੇ ਅਸੀਂ ਘਰ ਵੀ ਲੈ ਰਹੇ ਹਾਂ ਔਰ ਲਾਗੇ ਸਾਡਾ ਬਿਜ਼ਨਸ ਹੋਏ। ਸੋ ਆਈ ਥਿੰਕ ਤੁਹਾਡੀ ਜਿਹੜੀ ਟੀਮ ਹੈ ਹੁਣ ਉਹ ਦੋਵੇਂ ਕੰਮ ਕਰਾ ਕੇ ਦੇ ਰਹੀ ਹੈ, ਬਿਜ਼ਨਸ ਵੀ ਲੌਂਗ ਆਈਲੈਂਡ ਦੇ ਵਿੱਚ ਦਵਾ ਕੇ ਦੇ ਰਹੀ ਹੈ ਅਤੇ ਘਰ ਵੀ ਦਵਾ ਕੇ ਦੇ ਰਹੀ ਹੈ। ਜੇਕਰ ਕਿਸੇ ਨੇ ਕੁਵੀਨਸ ਤੋਂ ਆਪਣਾ ਬਿਜ਼ਨਸ ਮਾਈਗ੍ਰੇਟ ਕਰਨਾ ਲੌਂਗ ਆਈਲੈਂਡ ਦੇ ਵਿੱਚ, ਸੋ ਯੂ ਹੈਵ ਆਪਸ਼ਨਸ ਅਵੇਲੇਬਲ ਫੋਰ ਗੈਸ ਸਟੇਸ਼ਨਸ ਐਂਡ ਲੀਕਰ ਸਟੋਰ। ਇਫ ਸਮਵਨ ਵਾਂਟਸ ਟੂ ਮਾਈਗ੍ਰੇਟ ਫਰੋਮ ਕੁਵੀਨਸ, ਬ੍ਰੋਂਕਸ, ਬਰੁਕਲਿਨ, ਮੈਨਹੈਟਨ ਔਰ ਸਮਵੇਅਰ ਫਰੋਮ ਅਪਸਟੇਟ ਟੂ ਨਿਊਯਾਰਕ ਇਨ ਲੌਂਗ ਆਈਲੈਂਡ, ਸੋ ਯੂ ਕੈਨ ਗੈਟ ਓਪਰਚੁਨਿਟੀ ਫੋਰ ਬਿਜ਼ਨਸ ਐਜ ਵੈਲ ਐਜ਼ ਯੋਰ ਡਰੀਮ ਹਾਊਸ। ਸੋ ਦੋਵੇਂ ਕੰਮ ਹੋ ਸਕਦੇ ਨੇ ਘਰ ਦੇ 10 ਮਿੰਟ ਦੀ ਡਰਾਈਵ ਦੇ ਉੱਤੇ, 15 ਮਿੰਟ ਦੀ ਡਰਾਈਵ ਦੇ ਉੱਤੇ ਤੁਹਾਨੂੰ ਬਿਜ਼ਨਸ ਵੀ ਦਵਾ ਦੇਣਗੇ, ਤੁਹਾਨੂੰ ਘਰ ਵੀ ਦਵਾ ਦੇਣਗੇ, ਔਰ ਜੇਕਰ ਤੁਹਾਡੇ ਨਿਆਣਿਆਂ ਨੇ ਸਕੂਲ ਜਾਣਾ ਤਾਂ ਤੁਹਾਨੂੰ ਸਕੂਲ ਵੀ ਦਿਖਾ ਦੇਣਗੇ। ਕਹਿਣ ਦਾ ਭਾਵ ਹੈ ਕਿ ਇੱਕ ਛੱਤ ਦੇ ਥੱਲੇ ਤੁਹਾਨੂੰ ਸਾਰੀਆਂ ਸੇਵਾਵਾਂ ਮਿਲ ਰਹੀ ਹੈ। ਇਹ ਇੱਕ ਨਵੀਂ ਅਪਡੇਟ ਹੈ ਇਸ ਵੀਕ ਟੀਮ ਰਾਜ ਜੱਗੀ ਜੀ ਹੋਰਾਂ ਤੋਂ। ਔਰ ਹਾਂ, ਜੇਕਰ ਤੁਸੀਂ ਨੌਕਰੀ ਲੱਭ ਰਹੇ ਹੋ ਔਰ ਆਪਣਾ ਪ੍ਰੋਫੈਸ਼ਨ ਚੇਂਜ ਕਰਨਾ ਚਾਹੁੰਦੇ ਹੋ ਤਾਂ ਨੌਕਰੀ ਵੀ ਲਗਵਾ ਦੇਣਗੇ। ਕਹਿਣ ਦਾ ਭਾਵ ਹੈ ਕਿ ਤੁਹਾਨੂੰ ਟੀਮ ਰਾਜ ਜੱਗੀ ਦੇ ਵਿੱਚ ਜੋਬ ਵੀ ਜਿਹੜੀ ਹੈ ਉਹ ਤੁਸੀਂ ਕਰ ਸਕਦੇ ਹੋ।
एज एन रियल एस्टेट प्रोफेसनल। ट्रेनिंग भी बकायदा तुहानू इन्हां दी टीम वालों दित्ती जांदी है, क्योंकि जिहड़ी इन्हां दी मैं कहांगा आ एक तरीके का इंस्टीट्यूशन है टीम राज जगी, जिन्हें भी अपनी जिंदगी की शुरुआत रियल एस्टेट प्रोफेसनल दे विच करनी है, दे कैन बी अ पार्ट ऑफ दिस टीम एंड दे कैन लर्न लॉट्स ऑफ थिंग। इट्स मैं कह सकदा कि पंजाबियों का पहला इंस्टीट्यूशन होएगा अमेरिका की धरती के उत्ते, जिथे तुहाडा लैंग्वेज बैरीयर नहीं है, तुहाडी आप दी लैंग्वेज दे विच तुहानूं रियल एस्टेट सिखाया जाता है, तुहानूं दस्या जाता है कि तुसी किस तरीके नाल अपने कस्टमर्स नाल, क्लाइंट्स नाल या फिर बायर नाल या सैलर नाल डील करो और तुसी भी रियल एस्टेट प्रोफेशन दे विच आ सकदे हो। राज जी, जब तुसी इस कंट्री दे विच आए सी, तुसी सोचिया सीगा कि रियल एस्टेट जगत दे विच इन्ना नाम तुसी बना लोगे, तुसी इस प्रोफेशन दे विच किवें आए? ਕਿਵੇਂ ਆਏ? ਇਟਸ ਅ ਸਟੋਰੀ ਲਾਈਕ ਮੈਂ ਆਇਆ ਸੀ 2002 ਦਸੰਬਰ 'ਚ 2003 ਦੇ ਵਿੱਚ ਮੈਂ ਜੋਬ ਕੀਤੀ ਆ, ਤਾਂ ਮੈਨੂੰ ਜਦੋਂ ਘਰ ਲੱਭ ਰਿਹਾ ਸੀ ਤਾਂ ਮੈਨੂੰ ਲੱਗਿਆ ਕਿ ਜਿਹੜਾ ਵੀ ਬੰਦਾ ਮੈਨੂੰ ਘਰ ਦਿਖਾ ਰਿਹਾ ਸੀ ਇੰਡੀਅਨ ਨਹੀਂ ਸੀ ਬਟ ਕੁਝ ਡਿਫਰੈਂਟ ਕਮਿਊਨਿਟੀ ਦੇ ਬੰਦੇ ਸੀ, ਤਾਂ ਉਹਨਾਂ ਨੇ ਮੈਨੂੰ ਘਰ ਦਿਖਾਇਆ। ਮੈਂ $1600 ਕਿਰਾਇਆ ਸੀ ਮੇਰੇ 2-bedroom ਅਪਾਰਟਮੈਂਟ ਦਾ, 1600 ਕਿਰਾਇਆ, 1600 1 month security, 1 month rent, month broker fees, तो मैं उदो 1600 रुपए कमांदा ही सी सारे महीने दे विच। मैं कहा यार ये बंदी आई मैनू दो घर दिखा के 1600 लै गई और ना मेरा फोन चक रही है ना मैनू कोई चंगे तरीके नाल मैनू रिस्पैक्ट मिल रही है कि मैं इन्ने पैसे भी दे रहा, आई नीड सर्विस। तो उस तो बाद फिर मैं 2-4 होर बंदियां नाल देखा तो मैनू लग्या कि अपनी कम्यूनिटी दे विच इहदी जागरूकता ही नहीं हैगी। मैं रियल स्टेट इंडिया च भी जैसे सारे नूं पता मैं आढ़ती सी, तां उत्थे रियल स्टेट दा मैं डिवेलपर सी, कलोनियां कटदा हुंदा सी, तां सेल तां सेल ही सी, खून दे विच है सी। तो इह सोचिया कि यार इस बिजनेस दे विच बड़ी लोड़ है अपनी कम्यूनिटी नूं। सो आई स्टार्ट इन 2004 दिन 2003 च आके 2004 दे विच कम कीता, बट विद द ग्रेस ऑफ गॉड विद माई मैं तां इही कहना कि सारे मेरे क्लाइंट दी पहले साल च मैं जिहड़ी कंपनी दे विच कम करदा सी 40 बंदे उहदे कोल कम करदे सी 41, सो आई वाज नंबर 1 इन दैट। पहले साल ही मैनूं ट्रिप मिलिया आई थिंक फ्लोरिडा दा, अगले साल फिर मैं नंबर 1 आया, तो फिर मैनूं मिलिया ट्रिप LA दा। तो मेरा कहिंदा मतलब है कि मैं सोचिया कि मैं होर इहनूं किद्दां अगे लै के जावां। उहदे लई मैंने जिहड़े भी इत्थे अमेरिका दे बिगेस्ट ट्रेनर सी, क्योंकि पैसे भी हैगे सी, टाइम भी हैगा सी, सो आई स्टार्ट गैटिंग ट्रेनिंग फ्रॉम ऑल दिस बिग नेम्स इन रियल स्टेट इंडस्ट्री। तो उहदा की होया कि सारिआं दा सिख के इक घोटा बना लिया, अपना थोड़ा जिहा नाल पा दिता। तो उहदे नाल की है कि हुण साडे कोल वैरी सक्सैसफुल ट्रेनिंग सिस्टम हैगा जिहड़ा कि नंबर 1 सिस्टम है। सब तो गल है कि तुहाडी कहना कि पंजाबी बोलदे आ, हिंदी बोलदे आ, उर्दू बोलदे आ, अपनी भाषा दे विच तुहानूं एक्सप्लेन कर दिंदे आ। कई बार जदों मैं भी आया सी मैनूं कई चीज़ां दा पता ही नहीं सी हुंदा वी इहनूं इंग्लिश तों पंजाबी च की कहिंदे ने ते पंजाबी तों उर्दू च की कहिंदे ने, उर्दू तों हिंदी च की कहिंदे ने। सो उहनां चीज़ां दी मैं स्टडी कीती, तो उह स्टडी दे सदका फिर अपनी टीम बनाई 2015-16 दे विच। तो सो देखिया कि कल्ला बंदा मैं इन्ना क कम आ रहा, इन्ना क लोग प्यार दे रहे ने, कल्ला मैं उन्होंने सर्व नहीं कर सकता। सो जिद्दां तुसी बैठे हो अपना जस पंजाबी ते तुसी एंकर हैगे हो, तुहाडे पिछे कोई बंदा मूवी बना रहा, कोई तुहाडा स्क्रिप्ट लिख रहा, कोई तुहाडे नूं रिले कर रहा है, ते कोई कुछ कर रहा। तो मैं देखिया कि कल्ला बंदा रियल स्टेट कामयाब नहीं हुंदा, वी नीड टीम। सो उस दिल नूं मदे रखदे हुए मैंने एक टीम तैयार कीती, और टीम दे विच बंदे तैयार किए और बंदियां नूं ट्रेनिंग दी, कई सिख के भज गए, कई आंदे ने चले जांदे ने। तो साडा काम है कि मेरा काम है कि अपना काम करी जाओ। उह पंजाबी कहावत है ना, इक कहिंदा शिवजी दा थड़ा इक गया खड़ा, तो इक चला जांदा दूजा खड़ा लैंदे आ। इह है कि मन च कदे किसे लई मलाल नहीं लिया, बट हाँ इह रियल स्टेट प्रोफैशन नूं इक रिस्पैक्टेबल प्रोफैशन हुण मन्निया जांदा है अपनी कम्यूनिटी दे विच वी। ਪਹਿਲਾਂ ਰੀਅਲ ਸਟੇਟ ਪ੍ਰੋਫੈਸ਼ਨ ਕੋਈ ਬੰਦਾ ਕਹਿੰਦਾ ਸੀ ਬੱਚਿਆਂ ਨੂੰ ਡਾਕਟਰ ਬਣਾਉਣਾ, ਇੰਜੀਨੀਅਰ ਬਣਾਉਣਾ, ਇਹ ਬਣਾਉਣਾ, ਉਹ ਬਣਾਉਣਾ, ਕੋਈ ਵੀ ਇਹ ਕਹਿੰਦਾ ਨਹੀਂ ਸੀ ਕਿ ਮੈਂ ਰੀਅਲਟਰ ਬਣਾਵਾਂਗਾ। ਸੋ ਆਈ ਐਮ ਵੈਰੀ ਪ੍ਰਾਊਡ ਟੂ ਸੇ ਨਾਓ ਯੰਗ ਪੀੜ੍ਹੀ ਇੰਨੀ ਜ਼ਿਆਦਾ ਇਸ ਤੋਂ ਪ੍ਰਭਾਵਿਤ ਹੋਈ ਹੈ ਕਿ ਐਵਰੀਬੋਡੀ ਇਜ਼ ਥਿੰਕਿੰਗ ਲਾਈਕ ਯੂ ਨੋ ਦਿਸ ਇਜ਼ ਦਾ ਗ੍ਰੇਟ ਕੈਰੀਅਰ ਇਫ ਯੂ ਹੈਵ ਗ੍ਰੇਟ ਮੈਂਟਰ ਇਨ ਫਰੰਟ ਆਫ ਯੂ। ਰਾਈਟ। ਪ੍ਰੋਬਲਮ ਕਿਆ ਹੁੰਦੀ ਹੈ ਰੀਅਲ ਸਟੇਟ ਦੇ ਵਿੱਚ,
95% ਪੀਪਲ ਜਿਹੜੇ ਨੇ ਲਾਇਸੈਂਸ ਹਰ ਬੰਦਾ ਲੈ ਲੈਂਦਾ ਸਭ ਤੋਂ ਈਜ਼ੀ ਲਾਇਸੈਂਸ ਹੈਗਾ ਰਾਈਟ ਤੋ ਦੂਜੇ ਪਾਸੇ ਤੁਸੀਂ ਕੋਈ ਡਾਕਟਰੀ ਕਰਨੀ ਹੈ ਮੈਡੀਕਲ ਕਰਨੀ ਹੈ ਤੁਹਾਨੂੰ 10 ਸਾਲ ਲੱਗਦੇ ਨੇ ਉਹਨੂੰ ਪੜਨ ਵਾਸਤੇ ਤੇ ਇਹਦੇ ਤੁਹਾਨੂੰ 75 ਘੰਟੇ ਦੇ ਵਿੱਚ ਲਾਇਸੈਂਸ ਮਿਲ ਜਾਂਦਾ ਤੋ ਉਹਦੀ ਕਦਰ ਨਹੀਂ ਹੁੰਦੀ ਉਹਦੀ ਕਦਰ ਕੀ ਹੁੰਦੀ ਹੈ ਲਾਇਸੈਂਸ ਹੈ ਜੇ ਕਿਸ ਨੇ ਕਹਿਤਾ ਦਿਖਾਤਾ ਕਿਸ ਨੇ ਕਰਤਾ ਦੇਤਾ ਉਹ ਨਹੀਂ ਹੈਗੀ ਇਹ ਵੀ ਪੂਰਾ ਇੱਕ ਬਿਜ਼ਨਸ ਹੈ ਇਹ ਪੂਰਾ ਇੱਕ ਸਟੈਟ ਹੈ ਹਾਊ ਟੂ ਸਟਾਰਟ ਹਾਊ ਟੂ ਕਲੋਜ਼ ਸੋ ਸਾਡੇ ਕੋਲ ਪ੍ਰੂਵਨ ਸਿਸਟਮ ਹੈਗਾ ਜਿਹਦੇ ਨਾਲ ਅਸੀਂ ਲੌਂਗ ਆਈਲੈਂਡ 'ਚ ਸਰਵ ਕਰ ਰਹੇ ਹਾਂ ਐਜ਼ ਆਈ ਟੈਲ ਯੂ ਅਦਰ ਏਰੀਆ ਦੇ ਵਿੱਚ ਵੀ ਸਾਡਾ ਸਟਾਰਟ ਹੋ ਰਿਹਾ ਹੈਗਾ ਸੋ ਦੈਟਸ ਵਾਟ ਵੀ ਆਲਵੇਜ਼ ਲੁੱਕ ਫੋਰ ਦਾ ਟੈਲੈਂਟ ਹੂ ਵਾਂਟ ਟੂ ਗਰੋ ਵਿਦ ਅਸ ਹੂ ਵਾਂਟ ਟੂ ਵਰਕ ਵਿਦ ਅਸ ਐਂਡ ਹੂ ਵਾਂਟ ਟੂ ਗੈਟ ਟ੍ਰੇਨਿੰਗ ਫਰੋਮ ਅਸ ਸੋ ਵੀ ਆਰ ਵਰਕਿੰਗ ਔਨ ਦੈਟ ਅਵੇਲੇਬਲ ਕਰੈਕਟ 516-548-3020 ਤੇ ਤੁਸੀਂ ਰਾਜ ਜੀ ਹੋਰਾਂ ਨੂੰ ਕਾਲ ਕਰ ਸਕਦੇ ਹੋ ਫ੍ਰੀ ਪਰਸਨ ਕੰਸਲਟੇਸ਼ਨ ਲਈ ਇਫ ਯੂ ਆਰ ਲੁਕਿੰਗ ਫੋਰ ਯੋਰ ਡ੍ਰੀਮ ਹਾਊਸ ਇਫ ਯੂ ਆਰ ਲੁਕਿੰਗ ਫੋਰ ਅ ਬਿਜ਼ਨਸ ਓਪਰਚੁਨਿਟੀ ਐਂਡ ਆਲਸੋ ਇਫ ਯੂ ਆਰ ਲੁਕਿੰਗ ਫੋਰ ਅ ਜੋਬ ਓਪਰਚੁਨਿਟੀ ਇਨ ਰੀਅਲ ਇਸਟੇਟ ਪ੍ਰੋਫੈਸ਼ਨ ਯੂ ਕੈਨ ਕਾਲ ਹਿਮ ਹੀ ਇਜ਼ ਅ ਇੰਸਟੀਟਿਊਸ਼ਨ ਹਿਸ ਟੀਮ ਇਜ਼ ਅ ਇੰਸਟੀਟਿਊਸ਼ਨ ਦੇ ਸਰਵ ਲੋਟਸ ਆਫ ਸਰਵਿਸਿਜ਼ ਅੰਡਰ ਵਨ ਰੂਫ ਯੂ ਕੈਨ ਬੀ ਅ ਪਾਰਟ ਆਫ ਦਿਸ ਟੀਮ ਐਂਡ ਯੂ ਕੈਨ ਆਲਸੋ ਪਾਰਟ ਆਫ ਦੇਅਰ ਸਰਵਿਸਿਜ਼ 516-548-3020 ਇਹਨਾਂ ਦਾ ਨੰਬਰ ਹੈ ਇਸ ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ ਹੁਣ ਥੋੜ੍ਹੀ ਗੱਲ ਕਰ ਲਈਏ ਕਿ ਕਿਉਂ ਲੌਂਗ ਆਈਲੈਂਡ ਮੂਵ ਹੋਣਾ ਚਾਹੀਦਾ ਕਿਉਂ ਹੁਣ ਜਿਹੜੀ ਸਾਡੀ ਕਮਿਊਨਿਟੀ ਹੈ ਉਹ ਕੁਈਨਸ ਬ੍ਰੋਂਕਸ ਬਰੁਕਲਿਨ ਜਾਂ ਫਿਰ ਨਿਊ ਜਰਸੀ ਜਾਂ ਫਿਰ ਅਪ ਸਟੇਟ ਤੋਂ ਲੌਂਗ ਆਈਲੈਂਡ ਵੱਲ ਆ ਰਹੀ ਹੈ ਜਾਂ ਫਿਰ ਕਿਉਂ ਉੱਥੇ ਆ ਕੇ ਤੁਸੀਂ ਆਪਣੇ ਆਪ ਨੂੰ ਚੇਂਜ ਕਰ ਸਕਦੇ ਹੋ ਤੁਹਾਡੀ ਲਾਈਫ ਕਿਵੇਂ ਚੇਂਜ ਹੋ ਸਕਦੀ ਹੈ ਕਈ ਸਾਰੀ ਲਾਈਫ ਔਰ ਕਈ ਸਾਡੇ ਇੰਡੀਵਿਜੁਅਲਸ ਨੂੰ ਟੀਮ ਰਾਜ ਅੱਗੇ ਖੁਦ ਆਪ ਰਾਜ ਅੱਗੇ ਚੇਂਜ ਕਰ ਚੁੱਕੇ ਹਨ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਨਵੈਂਟੋਰੀ ਜਿਹੜੀ ਹੈ ਉਹ ਕਿੱਥੇ ਕਿੱਥੇ ਆ ਰਹੀ ਹੈ ਲੈਟਸ ਹੈਵ ਅ ਫਸਟ ਹਾਊਸ ਔਨ ਟੀ ਵੀ ਸਕਰੀਨ ਉਹਨੂੰ ਲੈ ਕੇ ਆਉਂਦੇ ਹਾਂ ਔਰ ਜਿਹੜੇ ਆ ਬਿਊਟੀਫੁਲ ਹਾਊਸਿਸ ਕਿਵੇਂ ਤੁਸੀਂ ਇਹਨਾਂ ਹਾਊਸਿਸ ਦੇ ਵਿੱਚ ਰਹਿ ਸਕਦੇ ਹੋ ਔਰ ਕਿਵੇਂ ਤੁਸੀਂ ਵੀ ਆਪਣੀ ਲਾਈਫ ਨੂੰ ਚੇਂਜ ਕਰ ਸਕਦੇ ਹੋ ਲੈਟਸ ਹੈਵ ਅ ਫਸਟ ਹਾਊਸ ਔਨ ਟੀ ਵੀ ਸਕਰੀਨ ਪਲੀਜ਼ I think this is in Queens. Raji, can you explain how you are doing this program, Queens versus Long Island? This is Queens, which is a two-family car, three-over-three and a basement. It's a great location off the Hillside Avenue. Because, you know, I'm not saying we are selling only Long Island. Now, Queens is selling, Bronx is selling. And especially when this family is selling, Long Island is selling. So they hire us. So we are helping them to sell this house. And then... ਜਦੋਂ ਦੋਨਾਂ ਘਰਾਂ ਦੀਆਂ ਕਲੋਜ਼ਿੰਗਾਂ ਕੱਟੀਆਂ ਰਾਜੀ ਇੱਕ ਆਰਟੀਕਲ ਆਇਆ ਸੀ ਸੌਰੀ ਮੈਂ ਤੁਹਾਨੂੰ ਇੰਟਰਪਟ ਕਰਦਾ ਇੱਕ ਆਰਟੀਕਲ ਆਇਆ ਸੀ ਉਹ ਆਰਟੀਕਲ ਬਿਜ਼ਨਸ ਟਾਈਮਸ ਦੇ ਵਿੱਚ ਆਹ ਕਹਿੰਦਾ ਕਿ ਜਿਹੜੀ ਕੁਈਨਸ ਹੈ ਹੁਣ ਉਹ ਇਨਵੈਸਟਮੈਂਟ ਹੱਬ ਬਣਦੀ ਜਾ ਰਹੀ ਹੈ ਇਫ ਯੂ ਰੀਅਲੀ ਵਾਂਟ ਟੂ ਇਨਵੈਸਟ ਮਨੀ ਐਂਡ ਯੂ ਵਾਂਟ ਟੂ ਹੈਵ ਅ ਰੈਂਟਲ ਇਨਕਮ ਯੂ ਕੈਨ ਇਨਵੈਸਟ ਇਨ ਕੁਈਨਸ ਬਾਏ ਬਾਇੰਗ ਸੱਚ ਹਾਊਸਿਸ ਵੀ ਕੈਨ ਸੀ ਔਨ ਟੀ ਵੀ ਸਕਰੀਨ ਯਾ ਕੁਈਨਸ ਦੇ ਵਿੱਚ ਕਿਹਾ ਕਿ ਤੁਹਾਨੂੰ ਲੀਗਲ 2-3-4 ਫੈਮਿਲੀ ਘਰ ਮਿਲ ਜਾਂਦੇ ਨੇ ਵਿਚ ਇਜ਼ ਆਲਵੇਜ਼ ਗੁੱਡ ਟੂ ਹੈਵ ਇਟ ਵਿਚ ਲੌਂਗ ਆਈਲੈਂਡ ਦੇ ਵਿੱਚ ਅਨਫੋਰਚੂਨੇਟਲੀ ਨਹੀਂ ਹੈਗੀਆਂ ਇਹ ਚੀਜ਼ਾਂ But you can see this house, everything is updated on this house. So, banda apna saman pack karo, te ghar cha jao. Te Queens de vich hega, is a very beautiful, jinne vi rakhya hoya hai, bahut vadhiya tarike naal rakhya hoya hai. Small house hega, but very good location and everything is updated on this house. Very nicely staged kita hoya hai. Sade kol staging company vi hegi hai, jinna bandiyan ne ghar stage karane ne, design karane ne, sara kuch ik chhat de utte hega. So, you know, we work ਵਿਦ ਰੀਅਲ ਸਟੇਟ ਨਾਲ ਜੁੜੀ ਹਰ ਚੀਜ਼ ਨਾਲ ਅਸੀਂ ਕੰਮ ਕਰਦੇ ਹਾਂ ਤਾਂ ਉਹਦੇ ਤਾਂ ਹਰ ਇੱਕ ਬੰਦੇ ਦਾ ਸੈਪਰੇਟ ਡਿਪਾਰਟਮੈਂਟ ਹੈਗਾ ਐਜ਼ ਆਈ ਮੈਂਸ਼ਨ ਯੂ ਸੋ ਵੀ ਕੈਨ ਵਰਕ ਫੋਰ ਯੂ ਸੋ 516-548-3020 ਆਪਣੀ ਅਪੁਆਇੰਟਮੈਂਟ ਹੁਣੇ ਹੀ ਬਣਾਓ ਮਨ ਮਨਾਓ ਅਤੇ ਰਾਜ ਜੱਗੀ ਜੀ ਹੋਰਾਂ ਕੋਲ ਚਲੇ ਜਾਓ ਹਿਕਸਵਿਲ ਦੇ ਵਿੱਚ ਇਹਨਾਂ ਦਾ ਆਫਿਸ ਹੈ ਔਰ ਜਾ ਕੇ ਤੁਸੀਂ ਉੱਥੇ ਘਰ ਵੀ ਵੇਖ ਸਕਦੇ ਹੋ ਔਰ ਯੂ ਵਾਂਟ ਅ ਸੈਲ ਯੂਰ ਹਾਊਸ ਇਨ ਕੁਈਨਸ ਐਂਡ ਯੂ ਵਾਂਟ ਅ ਬਾਏ ਹਾਊਸ ਇਨ ਲੌਂਗ ਆਈਲੈਂਡ ਦੇ ਆਲਸੋ ਗਿਵ ਯੂ ਐਨ ਓਪਰਚੁਨਿਟੀ ਕੈਸ਼ ਆਫਰ ਤੁਹਾਨੂੰ ਦਿੰਦੇ ਹੈ ਦੇ ਵਿਲ ਬਾਏ ਯੂਰ ਹਾਊਸ ਇਨ ਕੁਈਨਸ ਇਫ ਯੂ ਵਿਲ ਬਾਏ ਹਾਊਸ ਇਨ ਲੌਂਗ ਆਈਲੈਂਡ ਫਰੋਮ ਦੇ ਟੀਮ ਆਪਾਂ ਇਸ ਪ੍ਰੋਗਰਾਮ ਨੂੰ ਇਸੇ ਤਰੀਕੇ ਨਾਲ ਰੱਖਾਂਗੇ ਜਾਰੀ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਲੈ ਕੇ ਚੱਲਦੇ ਹਾਂ ਸਿੱਧਾ ਤੁਹਾਨੂੰ 54 ਵੈਸਟ ਜੌਨ ਸਟਰੀਟ ਹਿਕਸਵਿਲ ਜਿੱਥੇ ਸਾਡੇ ਨਾਲ ਮੌਜੂਦ ਨੇ ਰਾਜ ਜੱਗੀ ਐਂਡ ਇਸ ਰੀਅਲ ਇਸਟੇਟ ਐਡਵਾਈਸ ਸ਼ੋਅ ਦੇ ਵਿੱਚ ਹਮੇਸ਼ਾ ਉਹਨਾਂ ਨਾਲ ਗੱਲ ਹੁੰਦੀ ਹੈ ਉਹਨਾਂ ਨਾਲ ਰਾਬਤਾ ਹੁੰਦਾ ਕਿ ਕਿਵੇਂ ਅਸੀਂ ਆਪਣੇ ਡ੍ਰੀਮ ਹਾਊਸ ਨੂੰ ਆਪਣੇ ਲਾਈਫ ਨੂੰ ਚੇਂਜ ਕਰ ਸਕਦੇ ਹਾਂ ਔਰ ਕਿਵੇਂ ਅਸੀਂ ਵੀ ਨਵੇਂ ਘਰ 'ਚ ਜਾ ਸਕਦੇ ਹਾਂ ਜਾਂ ਫਿਰ ਆਪਾਂ ਘਰ ਸੈੱਲ ਕਰਨਾ ਅਤੇ ਕਿਹਦੇ ਕੋਲ ਜਾਈਏ ਟੀਮ ਰਾਜ ਜੱਗੀ ਦੇ ਕੋਲ ਤੁਸੀਂ ਜਾ ਸਕਦੇ ਹੋ ਵੇਖ ਸਕਦੇ ਹੋ ਕਿ ਸ਼ੋਅ ਵੀ ਅਸੀਂ ਕਰ ਰਹੇ ਹਾਂ ਪਰ ਹੁਣ ਵੀ ਉਹਨਾਂ ਦੇ ਬਾਇਰਸ ਸੈਲਰਸ ਉਹਨਾਂ ਨੂੰ ਕਾਲ ਕਰ ਰਹੇ ਨੇ ਐਂਡ ਪੁੱਛ ਰਹੇ ਨੇ ਕਿ ਭਾਅ ਜੀ ਸਾਡਾ ਵੀ ਘਰ ਵੇਖ ਲਓ ਆ ਕੇ ਔਰ ਸਾਡਾ ਵੀ ਘਰ ਵਿਕਾ ਦਿਓ ਜਾਂ ਸਾਨੂੰ ਵੀ ਘਰ ਦਵਾ ਦਿਓ ਜਾਂ ਸਾਨੂੰ ਬਿਜ਼ਨਸ ਜਿਹੜਾ ਹੈਗਾ ਉਹ ਇੱਕ ਨਵਾਂ ਬਿਜ਼ਨਸ ਸ਼ੁਰੂ ਕਰਵਾ ਦਿਓ
5165483020 ਤੋਂ ਤੁਸੀਂ ਕਾਲ ਕਰ ਸਕਦੇ ਹੋ। ਰਾਜੀ ਆਪਾਂ ਟੀ ਵੀ ਸਕਰੀਨ ਦੇ ਉੱਤੇ ਦੂਜਾ ਘਰ ਲੈ ਕੇ ਆਉਂਦੇ ਹਾਂ, ਉਹਦੇ ਬਾਰੇ ਵੀ ਤੁਸੀਂ ਸਾਨੂੰ ਜਾਣਕਾਰੀ ਦਿਓ ਔਰ ਮੈਂ ਦਰਖਾਸਤ ਜੀ ਮੈਂ ਦਰਖਾਸਤ ਕਰਾਂਗਾ ਕਿ ਜ਼ਰੂਰ ਅਸੀਂ ਆਪਣੇ ਜਿਹੜੇ ਦਰਸ਼ਕਾਂ ਨੂੰ ਘਰ ਵੀ ਵਿਖਾ ਸਕੀਏ। ਆਈ ਨੋ ਯੂ ਆਰ ਬਿਜ਼ੀ, ਤੁਹਾਡਾ ਕੀਮਤੀ ਸਮਾਂ ਕੱਟ ਕੇ ਸ਼ੋਅ ਸਾਨੂੰ ਕਰਨਾ ਪੈਂਦਾ। ਲੈਟਸ ਦੇਖ ਰਿਹਾ ਜੈਸ ਪੰਜਾਬੀ ਤੋਂ ਕਾਲ ਹੀ ਕਰ ਰਿਹਾ ਬੰਦਾ। ਵੈਰੀ ਗੁੱਡ, 5165483020 ਤੋਂ ਤੁਸੀਂ ਕਾਲ ਕਰ ਸਕਦੇ ਹੋ, ਤੁਸੀਂ ਰਾਜ ਜੀ ਹੋਰਾਂ ਨਾਲ ਰਾਬਤਾ ਕਰ ਸਕਦੇ ਹੋ। ਲੈਟਸ ਹੈਵ ਅਦਰ ਟੌਪ ਡਾਲਰ ਹਾਊਸ ਔਨ ਟੀ ਵੀ ਸਕਰੀਨ ਪਲੀਜ਼। Wow, this is beautiful house in it's in Westbury. Everything is updated in this house. Show from inside. It's okay. Andro dikhao, new kitchen, new bathroom, new floors, wow. New everything. Very nicely kept house. So ina jidda mera business main tonu dassda ki referral aunda rehnda hai. Ina da 6 saal pehla ghar main Exville ch vechya si, fir inanu Westbury le ke ditta. Now they want to move to Texas. So fir sanu call kita. ਵੀ ਸਾਡਾ ਬਿਜ਼ਨਸ ਰੈਫਰਲ ਬਿਜ਼ਨਸ ਬਹੁਤ ਜ਼ਿਆਦਾ ਹੈ ਆਉਂਦਾ ਹੈਗਾ। ਯੂ ਕੈਨ ਸੀ ਦਾ ਬਿਊਟੀਫੁਲ ਪੇਵਰਸ ਇਨ ਦਾ ਸਾਈਡ, ਨਾਈਸ ਰੈਡੀ ਟੂ ਮੂਵ ਇਨ ਘਰ ਹੈਗਾ। ਸੋ ਪ੍ਰਾਈਜ਼ ਬਹੁਤ ਅੱਛੀ ਹੈ। ਸੋ ਤੁਸੀਂ ਅਗਰ ਕਿਸੇ ਨੇ ਬਾਏ ਕਰਨਾ ਹੈ, 4 bedroom 3 bath ਬੇਸਮੈਂਟ ਫਿਨਿਸ਼ ਵਿਦ ਆਊਟ ਸਾਈਡ ਐਂਟਰੈਂਸ, ਨੋ ਬ੍ਰੇਨਰ, ਯੂ ਕੈਨ ਕਮ ਐਂਡ ਸੀ ਦਿਸ ਹਾਊਸ। ਸੋ ਯੂ ਵਿਲ ਗੈਟ ਆਲ ਦਿਸ ਫਰਨੀਚਰ ਇਨ ਦਾ ਹਾਊਸ, ਯੂ ਜਸਟ ਹੈਵ ਟੂ ਕਮ ਵਿਦ ਯੂਰ ਲਗੇਜ, ਰਾਈਟ? ਯਾ, ਫਰਨੀਚਰ ਕਿਉਂਕਿ ਉਹ ਬਾਹਰ ਮੂਵ ਹੋ ਰਹੇ ਨੇ, ਵੀ ਕੈਨ ਟਾਕ ਅਬਾਊਟ ਫਰਨੀਚਰ ਟੂ ਰੈਡੀ ਟੂ ਮੂਵ ਇਨ। ਆਪਣਾ ਫਰਨੀਚਰ ਛੱਡ ਆਓ, ਘਰ ਵੇਚਣਾ ਤੇ ਅਸੀਂ ਤੁਹਾਡਾ ਘਰ ਕੈਸ਼ ਬਾਏ ਕਰਾਂਗੇ ਤੇ ਤੁਹਾਨੂੰ ਇਹ ਘਰ ਵੇਚ ਦਿਆਂਗੇ। ਤੇ ਉਹ ਵਾਲੀ ਗੱਲ ਇੱਥੇ ਸੱਚੀ ਹੁੰਦੀ ਹੈ, ਸਟਾਰਟ ਪੈਕਿੰਗ, ਕਾਲ ਰਾਜ ਐਂਡ ਸਟਾਰਟ ਪੈਕਿੰਗ, ਇਹ ਗੱਲ ਇਸ ਘਰ ਦੇ ਵਿੱਚ ਆ ਕੇ ਜ਼ਰੂਰ ਬਣਦੀ ਹੈ। ਦੈਟਸ ਵਾਈ ਆਈ ਆਲਵੇਸ ਟੈਲ ਕਾਲ ਰਾਜ ਸਟਾਰਟ ਪੈਕਿੰਗ। ਬਾਏ ਵਾਸਤੇ ਸਟਾਰਟ ਪੈਕਿੰਗ ਹੈ ਕਿ ਉਹਨੇ ਨਵੇਂ ਘਰ 'ਚ ਜਾਣਾ ਹੈ, ਉਹਦਾ ਡ੍ਰੀਮ ਹਾਊਸ ਮਿਲ ਰਿਹਾ ਹੈਗਾ। ਸੈਲਰ ਵਾਸਤੇ ਕਿ ਉਹ ਵੱਡਾ ਲੈ ਰਿਹਾ, ਛੋਟਾ ਲੈ ਰਿਹਾ। ਸੋ ਸਾਡਾ ਸੇਮ ਥਿੰਗ, ਜਿਹੜੇ ਬੰਦਿਆਂ ਨੇ ਸਾਡੀ ਟੀਮ ਜੁਆਇਨ ਕਰਨੀ ਹੈ ਉਹਨਾਂ ਨੂੰ ਵੀ ਕਹਿੰਦੇ ਹਾਂ ਸਟਾਰਟ ਪੈਕਿੰਗ, ਕਿ ਆਪਣਾ ਆ ਜਾਓ ਫਿਰ ਕੰਮ ਕਰੋ, ਰਲ ਕੇ ਕੰਮ ਕਰੋ। ਯੈਸ, ਐਂਡ ਲੈਟਸ ਹੈਵ ਅ ਲੁੱਕ ਔਨ ਦਿਸ ਹਾਊਸ ਐਸ ਵੈਲ, ਅਦਰ ਹਾਊਸ ਔਨ ਟੀ ਵੀ ਸਕਰੀਨ ਪਲੀਜ਼। ਇਸ ਘਰ ਦੇ ਬਾਰੇ ਵਿੱਚ ਜਾਣਕਾਰੀ ਵੇਰਵਾ ਲੈ ਲੈਂਦੇ ਹਾਂ। raj@rajhasbuyers.com ਦੇ ਉੱਤੇ ਵੀ ਤੁਸੀਂ ਜਿਹੜਾ ਹੈਗਾ ਹੈ ਈਮੇਲ ਕਰ ਸਕਦੇ ਹੋ। ਲੈਟਸ ਹੈਵ ਅ ਲੁੱਕ ਐਂਡ ਲੈਟਸ talk about this beautiful house. This is in Levittown, very big lot hai, 100x100 da lot hai, da corner lot hai ga. Wow. Circular driveway hai ga, ye sara nave seed paate hai, piche beautiful deck hai ga, andro bahut sona ghar hai, piche sunroom banaya hoya hai ga, attached car garage hai ga ide vich. So andro dikhao zara inu, andro dikhao ida beauty, aa dekho ji kya floor laaya bande ne, matlab it's one of the kind house. ਹੁਣੇ ਆਇਆ ਮਾਰਕੀਟ ਦੇ ਵਿੱਚ, ਬਾਥਰੂਮ ਦੇਖੋ ਅਪਗ੍ਰੇਡ, ਟੌਪ ਟੌਪ ਕਲਾਸ ਆਫ ਗ੍ਰੈਨਾਈਟ ਕਾਊਂਟਰ ਟੌਪ ਲੱਗੇ ਹੋਏ ਨੇ। ਕਿਚਨ ਦੇਖੋ, ਨੰਬਰ 1 ਕਿਚਨ ਹੈ। ਫਲੋਰ ਦੇਖੋ, ਮਤਲਬ ਹਰ ਚੀਜ਼ ਟੌਪ ਹੈ ਇਹਦੇ ਵਿੱਚ। 4 bedroom ਆਈ ਥਿੰਕ 2 bath ਘਰ ਹੈਗਾ, 100x100 ਦਾ ਲਾਟ ਹੈਗਾ। ਤਾਂ ਤੁਸੀਂ ਕਾਲ ਕਰੋ, ਤੁਹਾਨੂੰ ਦਿਖਾ ਦਿਆਂਗੇ। ਅਜੇ ਮਾਰਕੀਟ ਦੇ ਵਿੱਚ ਆਈ ਥਿੰਕ ਪਿਛਲੇ ਵੀਕ ਹੀ ਆਇਆ। ਵੀ ਡੂ ਹੈਵ ਆਫਰਸ ਬਟ ਵੀ ਆਰ ਸਟਿਲ ਸ਼ੋਇੰਗ 100x100 ਦਾ। ਤੁਸੀਂ ਇਹਨੂੰ ਉਹਦੇ ਉੱਤੇ ਵੀ ਪਾ ਕੇ, ਜਿੱਦਾਂ ਆਪਣੇ ਕੁਈਨ 'ਚੋਂ ਕਈ ਬੰਦੇ ਆ ਰਹੇ ਨੇ, ਉਹ ਵੱਡੇ ਲਾਟ ਲੈ ਰਹੇ ਨੇ, ਉੱਪਰ ਪੰਜਾਬੀ 'ਚ ਟੋਪੀ ਪਾ ਦਿੰਦੇ ਨੇ, ਥੋੜ੍ਹੇ ਪੈਸੇ ਲਾ ਕੇ ਤਾਂ ਵੱਡਾ ਘਰ ਹੈ ਅਤੇ ਉਹ ਕਰਦੇ ਨੇ। ਇਸ ਤੋਂ ਇਲਾਵਾ ਵੀ ਫਿਊ ਪ੍ਰਾਪਰਟੀਜ਼ ਮੇਰੇ ਕੋਲ ਆਈ ਹੈ। ਹਿਕਸੁਲ ਦੇ ਵਿੱਚ ਇੱਕ ਲਾਟ ਆਇਆ, ਆਲਮੋਸਟ 90x100 ਦਾ ਲਾਟ ਹੈਗਾ। ਉਹਦੇ 'ਚ 1600 square feet ਦਾ ਰੈਂਚ ਬਣਿਆ ਹੋਇਆ, ਬੇਸਮੈਂਟ ਵੀ ਹੈਗੀ ਹੈ। ਔਰ ਉਹ ਘਰ ਵੀ ਤੁਸੀਂ ਅਗਰ ਉੱਪਰ ਉਹਦੇ ਪਾ ਕੇ ਥੋੜ੍ਹਾ ਪੈਸਾ ਲਾ ਕੇ, 1.2-1.3 million ਦਾ ਘਰ ਹੈਗਾ। ਬਿਊਟੀਫੁਲ ਘਰ ਹੈਗਾ, ਬਿਊਟੀਫੁਲ ਸਟਰੀਟ ਦੇ ਉੱਤੇ ਹੈਗਾ। ਸੋ ਵੀ ਆਫ ਮਾਰਕੀਟ ਹੈ। ਇੱਕ ਜੈਰੀਕੋ 'ਚ ਆਈ ਹੈ ਆਫ ਮਾਰਕੀਟ, ਉਹ 6700 square feet ਹੈ। ਬਿਊਟੀਫੁਲ ਰੈਂਚ, ਐਵਰੀਥਿੰਗ ਇਜ਼ ਅਪਡੇਟਿਡ। ਅਜੇ ਪਿਕਚਰਾਂ ਨਹੀਂ ਆਈਆਂ ਕਿਉਂਕਿ ਅੱਜ ਲਿਸਟਿੰਗਾਂ ਆਈਆਂ, ਸੋ ਆਈ ਜਸਟ ਵਾਂਟ ਟੂ ਸ਼ੇਅਰ, ਕਿਉਂਕਿ ਕਈ ਬੰਦੇ ਕਹਿੰਦੇ ਨੇ ਤੁਸੀਂ ਦੱਸੋ ਕੀ ਆਉਂਦਾ। ਫਿਰ ਮੇਰੇ ਕੋਲ ਹਰ ਵੀਕ ਕੋਈ ਨਾ ਕੋਈ ਜਸ ਪੰਜਾਬੀ ਤੋਂ ਆਉਂਦਾ ਜੀ, ਤੁਸੀਂ ਇਹ ਘਰ ਦੱਸਿਆ ਸੀ ਉਹ ਦਿਖਾਓ, ਇਹ ਘਰ ਦੱਸਿਆ ਸੀ ਉਹ ਦਿਖਾਓ। ਸੋ ਨਾਓ ਮੈਂ ਤੁਹਾਨੂੰ ਮੈਸੇਜ ਦੇ ਰਿਹਾ ਕਿ ਜਿਹੜੇ 2 ਘਰ ਮੈਂ ਤੁਹਾਨੂੰ ਦੱਸ ਰਿਹਾ, 1 ਇਨ ਹਿਕਸਵਿਲ ਇਜ਼ ਨਾਟ ਔਨ ਦਾ ਮਾਰਕੀਟ, ਅਨਦਰ ਇਜ਼ ਇਨ ਜੈਰੀਕੋ ਵਿਚ ਇਜ਼ ਨਾਟ ਔਨ ਦਾ ਮਾਰਕੀਟ। ਦੋਨੋਂ ਰੈਂਚ ਹੈਗੇ ਨੇ, ਬੇਸਮੈਂਟ ਦੋਨਾਂ ਦੀ ਫਿਨਿਸ਼ ਹੈਗੀ ਹੈ, ਦ ਪ੍ਰਾਈਜ਼ ਟੂ ਸੈੱਲ ਹੈਗੇ ਨੇ, ਯੂ ਵਿਲ ਲਵ ਇਟ। ਸੋ ਬਟ ਅਜੇ ਮਾਰਕੀਟ, ਕਿਉਂਕਿ ਸੈਲਰ ਕਈ ਵਾਰੀ ਕਹਿੰਦਾ ਕਿ ਮੈਂ ਘਰ ਮਾਰਕੀਟ 'ਚ ਪਾਉਣਾ ਹੀ ਨਹੀਂ, ਤੁਸੀਂ ਇੰਝ ਹੀ ਵੇਚ ਦਿਓ। ਸੋ ਮੈਂ ਇਹ ਮੈਸੇਜ ਹਰ ਬੰਦੇ ਨੂੰ ਦੇ ਰਿਹਾ, ਅਗਰ ਤੁਹਾਡੇ ਵੀ ਕਿਸੇ ਭੈਣ ਭਰਾ ਨੇ ਬਾਏ ਕਰਨਾ, ਕਿਸੇ ਫਰੈਂਡ ਨੇ ਬਾਏ ਕਰਨਾ, ਔਰ ਪਿਛਲੇ 2-4 months ਤੋਂ ਲੱਗਿਆ ਹੋਇਆ, ਉਹਨੂੰ ਘਰ ਨਹੀਂ ਮਿਲਿਆ, ਐਕਚੁਅਲ ਬੈਕ ਪੇਜ ਈਸਟ ਮੈਡੋ ਏਰੀਆ ਦੇ ਵਿੱਚ, ਵੀ ਹੈਵ ਲਾਟ ਆਫ ਇਨਵੈਂਟਰੀ ਕਰੇਗਾ, ਬਿਕੋਜ਼ ਨਾਓ ਲੋਕਾਂ ਨੂੰ ਪਤਾ ਹੈ ਕਿ ਉਹ ਕੌਣ ਘਰ ਵੇਚ ਰਿਹਾ,
ਟੀਮ ਰਾਤ ਜੱਗੀ ਵੇਚ ਰਹੀ ਹੈ ਤਾਂ ਚੁੱਪ ਕਰਕੇ ਕਾਲ ਕਰਦੇ ਨੇ ਹਾਂਜੀ ਆ ਜਾਓ ਪਰ ਮੈਂ ਕਿਸੇ ਨੂੰ ਦੱਸਣਾ ਨਹੀਂ ਪੜੋਸੀ ਨੂੰ ਵੀ ਨਹੀਂ ਦੱਸਣਾ ਮੇਰਾ ਘਰ ਵੇਚ ਦਿਓ ਕੀ ਬਾਤ ਹੈ ਐਕਸਕਲੂਸਿਵ ਲਿਸਟਿੰਗ ਲਈ ਵੀ ਤੁਸੀਂ 516-548-3020 ਤੇ ਕਾਲ ਕਰ ਸਕਦੇ ਹੋ ਇਫ ਯੂ ਵਾਂਟ ਟੂ ਹੈਵ ਐਕਸਕਲੂਸਿਵ ਟੀਮ ਰਾਜ ਜੱਗੀ ਟੂ ਸੈਲ ਯੋਰ ਹਾਊਸ ਤਾਂ ਉਹਦੇ ਲਈ ਵੀ ਤੁਹਾਡੇ ਨਾਲ ਬਕਾਇਦਾ ਐਕਸਕਲੂਸਿਵ ਸਾਈਨ ਕਰ ਸਕਦੇ ਨੇ ਕੁਈਨਸ ਦੇ ਰਿਚਮੰਡ ਹਿੱਲ ਵੁੱਡ ਹੈਵ ਬਿਨ ਸਾਊਥ ਜ਼ੋਨ ਪਾਰਕ ਸਾਊਥ ਰਿਚਮੰਡ ਹਿੱਲ ਜਾਂ ਫਿਰ ਤੁਸੀਂ ਫਲੋਰਲ ਪਾਰਕ ਜਾਂ ਫਿਰ ਤੁਸੀਂ ਕਿਊ ਗਾਰਡਨਸ ਫੋਰੈਸਟ ਹਿੱਲ ਹਿੱਲ ਸਾਈਡ ਐਵੀਨਿਊ ਜਮਾਇਕਾ ਐਵੀਨਿਊ ਜਾਂ ਫਿਰ ਤੁਸੀਂ ਰੋਸਜਲ ਵਿਲੇਜ ਜਾਂ ਫਿਰ ਤੁਸੀਂ ਫਾਰ ਰੋਕਵੇ ਜਿੱਥੇ ਕਿੱਥੇ ਵੀ ਰਹਿੰਦੇ ਹੋ ਤੁਸੀਂ ਉੱਥੇ ਬਕਾਇਦਾ ਆਪਣਾ ਘਰ ਸੈੱਲ ਕਰ ਸਕਦੇ ਹੋ ਔਰ ਲੌਂਗ ਆਈਲੈਂਡ ਦੇ ਵਿੱਚ ਤੁਸੀਂ ਨਿਊ ਹਾਈਟ ਪਾਰਕ ਮਿਨੀਓਲਾ ਵੈਸਟਬੈਰੀ ਪਲੇਨ ਵਿਊ ਬੈਥ ਪੇਜ ਹਿਕਸਵਿਲ ਜਾਂ ਫਿਰ ਤੁਸੀਂ ਅੱਗੇ ਹੋਰ ਸਫਲਕ ਕਾਉਂਟੀ ਜਾਣਾ ਚਾਹੁੰਦੇ ਹੋ ਜਾਂ ਫਿਰ ਡਿਕਸਲਸ ਜਾਣਾ ਚਾਹੁੰਦੇ ਹੋ ਤੁਸੀਂ ਉੱਥੇ ਆਪਣੇ ਇਹ ਸੁਪਨਿਆਂ ਦਾ ਘਰ ਲੈ ਸਕਦੇ ਹੋ ਜਾਂ ਫਿਰ ਤੁਸੀਂ ਮਟਨ ਟਾਊਨ ਜਾਣਾ ਚਾਹੁੰਦੇ ਹੋ ਥੋੜ੍ਹੇ ਜਿਹੇ ਇੱਕ ਵੱਡੇ ਕਹਿੰਦੇ ਆ ਕਿ ਪੌਸ਼ ਇਲਾਕੇ 'ਚ ਜਾਣਾ ਚਾਹੁੰਦੇ ਹੋ ਜੈਰੀ ਕੋ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਉੱਥੇ ਵੀ ਬਕਾਇਦਾ ਜਾ ਸਕਦੇ ਹੋ ਔਰ ਤੁਸੀਂ ਆਪਣਾ ਡ੍ਰੀਮ ਹਾਊਸ ਲੈ ਸਕਦੇ ਹੋ ਰਾਜ ਜੀ 1.5 ਸਾਲ ਪਹਿਲਾਂ ਜਦ 2 ਸਾਲ ਪਹਿਲਾਂ ਇਸ ਕੰਟਰੀ 'ਚ ਆਇਆ ਸੀ ਮੈਨੂੰ ਬੜਾ ਕਨਫਿਊਜ਼ਨ ਹੁੰਦਾ ਸੀ ਨਾਂ ਦੱਸਣ ਜੀ ਹੁਣ ਤਾਂ ਮੈਨੂੰ ਐਵੇਂ ਰੱਟ ਗਏ ਨੇ ਜਿਵੇਂ 10ਵੀਂ ਜਮਾਤ ਦੇ ਵਿੱਚ 12ਵੀਂ ਜਮਾਤ ਦੇ ਵਿੱਚ ਅਸੀਂ ਨਾਂ ਰੱਟਦੇ ਹੁੰਦੇ ਸੀਗੇ ਦੇਖ ਮੈਂ ਨਾ ਤੇਰੀ ਇਹਦੀ ਬੜੀ ਤਾਰੀਫ ਕਰਦਾ ਵੈਸੇ ਮੈਂ ਕਹਿੰਦਾ ਮੈਂ ਤਾਂ ਗੁੰਗੇ ਬੋਲਣ ਲਾ ਦਿੱਤੇ ਪਰ ਤੂੰ ਤਾਂ ਪਹਿਲਾਂ ਹੀ ਬਹੁਤ ਬੋਲਦਾ ਸੀ ਰਾਈਟ ਆਮ ਗਲੈਡ ਕਿ ਤੂੰ ਇੱਕ ਇੱਕ ਸ਼ਹਿਰ ਦਾ ਨਾਂ ਯਾਦ ਰੱਖਿਆ ਸੋ ਆਈ ਥਿੰਕ ਅਗਰ ਸੋਚਣਾ ਕੈਰੀਅਰ ਚੇਂਜ ਰਾਈਟ ਆਫ ਕੋਰਸ ਨੋ ਇਟਸ ਵੈਰੀ ਇੰਪੋਰਟੈਂਟ ਟੂ ਰਿਲੇਟ ਬਿਕੋਜ਼ ਸਿੰਸ ਆਈ ਐਮ ਆਲਸੋ ਲਿਵਿੰਗ ਹੇਅਰ ਇਨ ਨਿਊਯਾਰਕ ਕਿਉਂਕਿ ਮੈਂ ਮੇਰਾ ਕੰਮ ਹੈ ਕਿ ਬੰਦਿਆਂ ਨੂੰ ਸਹੀ ਥਾਂ ਤੇ ਪਹੁੰਚਾਉਣਾ ਰਾਈਟ 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 No, since we are living here in New York and we know ki ethe apa relate kar sakde ha and also ki jad assi sanu maza aunda ki assi thode khulle lot ch rahiye live like a king size life nu jiye so I think it's very important if we really want to migrate from Queens to Long Island and mainu sab to vadhiya lagda ki kai jad main gurdware jana matha tekan ya fir main program cover karan ta utthe mainu kehnde Harkeerat ji Raj ji nal thoda show vekh ke assi Long Island de vich kar le liya assi 15 saal to 20 saal chok Queens che sige par hun Long Island aake assi bahut khush ha aur unhone eh vi mainu dassya ki assi Queens da ghar vechya nahi ohnu rent te chadata aur utthon di jehdi income hai assi itthe invest karti aur sanu vadhiya paise utthon vi bach rahe ha sada ghar free ho gaya That's what ਜਦੋਂ ਤੁਸੀਂ ਪਹਿਲਾਂ ਕੁਐਸਚਨ ਪੁੱਛਿਆ ਸੀ ਵਾਈ ਲੌਂਗ ਆਈਲੈਂਡ ਲੌਂਗ ਆਈਲੈਂਡ ਦੇ ਵਿੱਚ ਵੈਲਿਊ ਆਫ ਮਨੀ ਹੈਗੀ ਹੈ ਅਗਰ ਆਪਾਂ ਕੁਈਨ ਦੇ ਵਿੱਚ ਜਿਹੜਾ ਘਰ 8-9 ਲੱਖ ਦਾ ਮਿਲੀਅਨ ਡਾਲਰ ਵੇਚਦੇ ਹਾਂ ਅਤੇ 5-6 ਲੱਖ ਦਾ ਮਿਲ ਜਾਂਦਾ ਹੈਗਾ ਯੈਸ ਯੂ ਕੈਨ ਰੀਫਾਇਨਾਂਸ ਮੋਸਟਲੀ ਲੋਕਾਂ ਦੇ ਘਰ ਫੁੱਲੀ ਪੇਡ ਨੇ ਜਾਂ ਥੋੜ੍ਹੀ ਬਹੁਤੀ ਮੋਰਗੇਜ ਹੈ ਸਾਡੇ ਕੋਲ ਮੋਰਗੇਜ ਕੰਪਨੀਆਂ ਵੀ ਹੈਗੀਆਂ ਤੁਹਾਨੂੰ ਰੀਫਾਇਨਾਂਸ ਕਰਕੇ ਪੈਸੇ ਤੁਸੀਂ ਆਪਣਾ ਉਹ ਘਰ ਰੱਖ ਵੀ ਸਕਦੇ ਹੋ ਅਸੀਂ ਤੁਹਾਡਾ ਕਿਰਾਏ 'ਤੇ ਚੜਾਵਾਂਗੇ ਔਰ ਅੱਗੇ ਤੁਹਾਨੂੰ ਇੱਥੇ ਘਰ ਲੈ ਕੇ ਦਿਆਂਗੇ ਕੀ ਬਾਤ ਤਾਂ ਉਹ ਇਹ ਹੈ ਕਿ ਪ੍ਰਾਪਰਟੀ ਕਦੇ ਵੀ ਡੈਡ ਨਹੀਂ ਹੁੰਦੀ ਆਈ ਆਲਵੇਜ਼ ਟੈਲ ਔਰ ਮੈਂ ਪਿਛਲੇ 15-16 ਸਾਲ ਤੋਂ ਹੀ ਬੋਲ ਰਿਹਾ ਡਾਊਨ ਹੁੰਦੀ ਹੈ ਡੈਡ ਨਹੀਂ ਹੁੰਦੀ ਅਗਰ ਤੁਸੀਂ ਪ੍ਰਾਪਰਟੀ ਕਿਸੇ ਵੀ ਚੀਜ਼ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਪ੍ਰਾਪਰਟੀ ਦੇ ਵਿੱਚ ਜ਼ਰੂਰ ਕਰੋ ਆਈ ਨੋ ਲੋਕ ਸ਼ੇਅਰਾਂ 'ਚ ਕਰਦੇ ਨੇ ਸਟਾਕ ਕਿਤੇ ਹੋਰ ਕਰਦੇ ਨੇ ਸੋਨੇ 'ਚ ਕਰਦੇ ਨੇ ਬਟ ਰੀਅਲ ਸਟੇਟ ਇਜ਼ ਇਹੋ ਜਿਹੀ ਚੀਜ਼ਾਂ ਜਿਹੜੀ ਕਿਉਂਕਿ ਬੰਦੇ ਪੈਦਾ ਹੋਈ ਜਾਣੇ ਨੇ ਲੋਕਾਂ ਦੀ ਡਿਮਾਂਡ ਵੱਧਦੀ ਜਾਣੀ ਹੈ ਅਮੈਰੀਕਾ ਦੇ ਵਿੱਚ ਸਪੈਸ਼ਲੀ ਅਸੀਂ ਜਦੋਂ ਲੌਂਗ ਆਈਲੈਂਡ ਦੇ ਵਿੱਚ ਰਹਿੰਦੇ ਹਾਂ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਹੈ ਕਈ ਸਟੇਟਾਂ ਇਹੋ ਜਿਹੀਆਂ ਨੇ ਅੱਗੇ 200-200 ਮੀਲ 400-400 ਮੀਲ ਹੈਗੇ ਨੇ ਇੱਕ ਸਟੇਟ ਬਣੀ ਅੱਗੇ ਚਲੇ ਗਏ ਪਰ ਸਪੈਸ਼ਲੀ ਜਿਹੜੇ ਲੌਂਗ ਆਈਲੈਂਡਰ ਨੇ ਉਹਨਾਂ ਵਾਸਤੇ ਬੈਸਟ ਥਿੰਗ ਹੈ ਬਾਏ ਲੈਂਡ Wow. So you can buy land with Team Raj Jaggi by calling them on 516-548-3020 or you can also log in on their website www.teamrajjaggi.com or you can email them at raj@rajhasbuyers.com. Next week, we'll get to know some more updates. Raj ji, what do you want to say to our viewers? I want to say that if you are thinking about the house, call. If you are thinking about the house, call. If you are thinking about career change, karna hai, Call karo. Don't wait. Call Raj. Start packing. Till the time, jiyunde raho, vasde raho, apne aap nu khush rakho, apne gharde nu khush rakho. Haan, eh miss nahi kar sakda. Apni wife nu jarur khush rakho. Dhanwad, Sat Sri Akal.